हेलो जी, गुड मॉर्निंग सारा नूं। सत श्री अकाल जी। असीं निकल चुके हैं फंक्शन ते। निकले नहीं? नहीं, निकल चुके हैं। नहीं निकले, अजे खड़े हैं घर कोल। हाँ खड़े हैं, अजे किसी का वेट कर रहे हैं। कल वहाँ एक स्पेशल डे। हम लोग किसी का वेट कर रहे हैं यहाँ पे बैठे बैठे। वो बंदा ही नहीं रहा है, इतनी देर में तो मैं ही चली जाती। ढूंढ रहा होगा वो। और अरे मिलो बीच में। आपा हम टोपी चेंज करती। कितने जाना जब आपा? आपा जाना आज ना मोगा। मोगे तो थोड़ा जाके ते ਕੱਲ ਨੂੰ ਆ ਸਪੈਸ਼ਲ ਡੇ। ਦੱਸਦਾ ਹੁਣੀ ਕਿ ਸ਼ਾਮ ਨੂੰ? ਸ਼ਾਮ ਨੂੰ ਨਾ ਯਾਰ, ਹੁਣ ਦੱਸਦੇ। ਸਵੇਰੇ ਬਲੌਗ ਪਾਊਗਾ, ਫਿਰ ਟਾਰ ਦਾੜ 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 ਮੈਸੇਜ ਆਉਣੇ ਕੱਲ। ਬੁੱਝੋ ਐਸਾ ਕੀ ਹੋ ਸਕਦਾ। ਠੀਕ ਹੈ, ਫਿਰ ਦੱਸੋ ਸਾਨੂੰ ਕਮੈਂਟਸ ਚ ਕੱਲ ਨੂੰ ਕੀ ਹੈ। ਓਕੇ बगला जो टोबिया बोर्ड ते जोड़ ते बत्तक बुगला बुगला बत्तक टाइप। ले महाराज जी। हाँ, लो जी रोहित सिंह साड़ी घड़ी ले आए। घर पे घड़ी भूल गए थे, टूट गई। आज एक सुनु कैंड बंदे ना मनावांगे। बटिस्टा रेसलर सुने तुसी? बटिस्टा हो साडे घर अज ओदे नाल मनावांगे सुनु। ओ हुण थोड़ा जा बिजी ने, सौरे ने रेस्ट टाइम है उहनां दा। मनावांगे जदों ओ साडे कोले आए। पिछली गड्डी च ने वो साड़ी च, उन्हां दी स्पेशल गड्डी आउंदी है एक। और सुना दो सारे ठीक हो? मैं आस करदा तुसी सारे ठीक ठाक होंगे। ते आई भी दस दो जे साडे व्लॉग च कोई कमी आ, कमी पेशी आ दस दिया करो महाराज। लेकिन मैं हरियाणे तो हां, हरियाणवी तुसी समझ नहीं सकते हो, मतलब प्रॉपर नहीं समझ सकते। कुछ कुछ बंदे हैगे जिहड़े समझ लैंदे आ, लेकिन हर एक बंदा नहीं समझता हरियाणवी लैंग्वेज। तां करके मैं हिंदी यूज कर लैंदी आ, क्योंकि पंजाबी कुछ इहो जिहे वर्ड्स ने जिहड़े मैनू नहीं बोलणे आउंदे, तां करके उत्थे मैं हिंदी यूज कर लैंदी आ। अच्छा जी, मेन रीजन आही आ मेरे हिंदी बोलण दा। ठीक है गाजल जी, ਤਾਂ ਤੁਸੀਂ ਪਲੀਜ਼ ਐਦਾਂ ਨਾ ਸੋਚੋ ਕਿ ਮੈਂ ਹਿੰਦੀ ਬੋਲ ਕੇ ਕੁਝ ਸਾਬਿਤ ਕਰ ਰਹੀ ਹਾਂ, ਕਿਉਂਕਿ ਮੈਂ ਪੰਜਾਬ ਤੋਂ ਨਹੀਂ ਹੈਗੀ, ਮੈਂ ਹਰਿਆਣਾ ਤੋਂ ਹਾਂ। ਠੀਕ ਹੈ ਕਾਜਲ ਜੀ, ਆ ਬਾਂਦੇ ਕੀ ਬਣਾਇਆ ਹੋਇਆ ਕਾਜਲ ਜੀ ਤੁਸੀਂ? ਕਿੱਦਾਂ? ਹਾਂ ਬਾਂਦੇ ਇਹ ਆ ਤਾਂ ਬਚਪਨ 'ਚ ਬਣਵਾ ਲਿਆ ਸੀ, ਮੈਨੂੰ ਨਹੀਂ ਪਤਾ ਲੱਗਿਆ ਕਿਸੇ ਨੇ ਕੀ ਬਣਾਤਾ ਹੈ। ਠੀਕ ਹੈ, ਸੋ ਜੁੜੇ ਰਹੋ ਸਾਡੇ ਨਾਲ। ਗਲਤੀ ਨਾਲ ਬਣ ਗਿਆ, ਕੋਈ ਸ਼ੌਕ ਨਹੀਂ ਸੀ ਮੈਨੂੰ ਇਹਦਾ। ਸੋ ਜੁੜੇ ਰਹੋ ਸਾਡੇ ਨਾਲ, ਅੱਜ ਕਰਦੇ ਹਾਂ ਗੱਲਾਂ ਕਿੱਦਾਂ ਦੇ ਆਰਟਿਸਟ ਆ ਸਾਡੇ ਨਾਲ, ਕਿੱਦਾਂ ਦਾ ਵਰਹੇਵ ਹੁੰਦਾ ਸਾਡੇ ਨਾਲ, ਕਿੱਦਾਂ ਦੀ ਸਟੇਜ ਵੀ ਵਰਹੇਵ ਵੀ ਕਿੱਦਾਂ ਬਿਹੇਵ ਸੋਰੀ ਆਵੇ ਇੰਗਲਿਸ਼ ਮਾਸਟਰ। ਚਲੋ ਫਾਇਦਾ ਤਾਂ ਹੈਗਾ ਕਿਸੇ ਬੰਦੇ ਦਾ, ਦੱਸ ਦਿੰਦਾਗਾ ਵੀ ਇੱਥੇ ਤੁਸੀਂ ਗਲਤ ਹੋ। ज्ञान बांटने से बढ़ता है ना कि घटता है। ओके, आ गल कौन कौन सहमत आ प्लीज जरूर दस्यो। जरूर जी। बाकी और सारे ठीक हो? सो कर दें गल्लां बातां। टेक केयर, सी यू। मस्तवाना साहब आ गया सी बाबा जी दे दरबार ते।
ਹੁਣ ਅਸੀਂ ਡੇਕ ਕਰਾਉਣ ਲੱਗੇ ਹਾਂ। ਦਰਸ਼ਨ ਕਰਾਓ ਭਾਈ ਮਸਤੂਆਣਾ ਸਾਹਿਬ ਸੰਗਰੂਰ ਗੁਰਸਾਗਰ ਹੈ ਨਾ ਵੀ ਤੇ ਇਹ ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਚਲੋ ਕਰਾ ਕੇ ਦੇ ਛੇਤੀ ਪਹੁੰਚਦੇ ਆ ਫੰਕਸ਼ਨ ਤੇ ਨਿਸ਼ਾਨ ਸਾਹਿਬ ਮੋਗਾ ਸਾਈਡ ਤੇ ਸਾਨੂੰ ਇੱਕ ਸਾਡੇ ਦੇਸ਼ ਵਾਸੀ ਮਿਲੇ ਜਿਨ੍ਹਾਂ ਦੇ ਸਿਰ ਤੇ ਅਸੀਂ ਬਹੁਤ ਜ਼ਿਆਦਾ ਐਸ਼ ਕਰਦੇ ਹਾਂ ਤੁਰੇ ਫਿਰਦੇ ਹਾਂ। ਇਹ ਆਪਣੇ ਘਰ ਬਾਰ ਛੱਡ ਕੇ ਹੈ ਨਾ ਪਤਾ ਨਹੀਂ ਕੀ ਕੁਛ ਬੱਚੇ ਮੰਨ ਕੇ ਚਲੋ ਛੱਡ ਕੇ ਹੈ ਨਾ ਐਡੀ ਦੂਰ ਸਾਡੇ ਲਈ ਆਪਣੀ ਫੈਮਿਲੀ ਛੱਡ ਕੇ ਆਪਣੀ ਲਾਈਫ ਛੱਡ ਕੇ ਸਾਡੇ ਲਈ ਇੰਨਾ ਕੁਛ ਕਰਦੇ ਆ ਸਾਡੇ ਦੇਸ਼ ਲਈ ਇੰਨਾ ਕੁਛ ਕਰਦੇ ਆ ਜਿੰਨਾ ਕਰਕੇ ਅਸੀਂ ਘੁੰਮ ਫਿਰ ਰਹੇ ਹਾਂ ਕੰਮ ਕਰ ਰਹੇ ਹਾਂ ਨਹੀਂ ਤਾਂ ਅੱਜ ਅਸੀਂ ਇੱਥੇ ਨਹੀਂ ਹੋਣਾ ਸੀ ਕਿਉਂਕਿ ਆਪਣਾ ਦੇਸ਼ ਹੀ ਨਹੀਂ ਹੋਣਾ ਸੀ ਇਹਨਾਂ ਤੋਂ ਬਿਨਾਂ। ਰਾਈਟ ਇਹ ਹੱਦਾਂ ਦੀ ਹੈ ਨਾ ਰਾਖੀ ਕਰਦੇ ਨੇ ਮੇਰਾ ਤਾਂ ਕਿਆ ਬੋਲਦੇ ਫੌਜੀਓ ਕੋ ਸੈਲਿਊਟ ਹੈ। ਓਕੇ ਮੇਰਾ ਵੀ ਸੈਲਿਊਟ ਆ ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ ਹੋਰ ਫੌਜੀਆਂ ਲਈ? ਬਸ ਫੌਜੀਆਂ ਲਈ ਤਾਂ ਜਿੰਨਾ ਕਹੋ ਉਨਾ ਹੀ ਘੱਟ ਆ ਉਹਨਾਂ ਲਈ ਤਾਂ ਕੋਈ ਵਰਡਸ ਨਹੀਂ ਹੈਗੇ ਮੇਰੇ ਕੋਲ। ਆਪਦੀ ਜਾਨ ਬਾਰ ਕੇ ਹੈ ਨਾ ਹੱਦਾਂ ਦੇ ਆਪਣੇ ਦੇਸ਼ ਦੀ ਰਾਖੀ ਕਰਦੇ ਨੇ ਜਿਹੜੇ ਸੋ ਪ੍ਰਾਊਡ ਆਫ ਯੂ ਇੰਡੀਅਨ ਆਰਮੀ। ਹਾਂਜੀ ਹਮ ਪਹੁੰਚ ਚੁੱਕੇ ਆਪਣੀ ਲੋਕੇਸ਼ਨ ਪੇ ਅੱਜ ਦੇਖੋ ਕੌਣ ਹੁੰਦਾ ਨਾਲ ਸਾਡੇ ਕੌਣ ਨਹੀਂ ਹੈਗਾ। ਚਲ ਆਪਾਂ ਅੰਦਰ ਜਾ ਕੇ ਆਈਏ ਚਲੋ ਮਿਲਾਉਂਦੇ ਹਾਂ ਥੋੜ੍ਹੀ ਬਹੁਤ ਦੇਰ 'ਚ ਸਾਨੂੰ ਤੁਹਾਨੂੰ ਸਾਰਿਆਂ ਨਾਲ। ਅਸੀਂ ਹੋ ਗਏ ਹਾਂ ਫ੍ਰੀ ਅਤੇ ਅੱਜ ਗਰਮੀ ਬਹੁਤ ਜ਼ਿਆਦਾ ਸੀ ਤਾਂ ਕਰਕੇ ਵਿੱਚ ਦੀ ਬਲੌਗ ਨਹੀਂ ਬਣਾਇਆ ਗਿਆ। ਪੈਲਸ ਵੀ ਛੋਟਾ ਸੀ ਅਤੇ ਵਿਦਆਊਟ ਏ ਸੀ ਸੀ ਤਾਂ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਗਰਮੀ ਹੋ ਸਕਦੀ ਹੈ। ਡਰੈਸਾਂ ਸਾਰੀਆਂ ਜਿੱਦਾਂ ਪਾਣੀ ਨਿਚੋੜਦੇ ਨਹੀਂ ਹੁੰਦੇ ਨਿਚੋੜਦੇ ਨਿਚੋੜ ਕੇ ਉਹ ਸਲਾਬੀਆਂ ਜਿਹਾ ਹੋ ਜਾਂਦੀਆਂ ਨੇ ਇੱਦਾਂ ਹੋ ਰਹੀਆਂ ਨੇ। ਜਾ ਕੇ ਡਰੈਸਾਂ ਸੁੱਕਣੀਆਂ ਪਾਣੀਆਂ ਪੈਣਗੀਆਂ ਕੱਲ੍ਹ ਧੋਣੀ ਪੈਣੀਆਂ ਸੋ ਥੱਕੇ ਬਹੁਤ ਹੋਏ ਹਾਂ ਅਤੇ ਕੁਛ ਖਾਧਾ ਪੀਤਾ ਵੀ ਨਹੀਂ ਇੰਨਾ ਕਾਜਲ ਨੇ ਰਾਜੇ ਰੋਟੀ ਖਾ ਲਈ ਸੀ ਇੱਕ ਖਾਧੀ ਸੀ ਰੋਟੀ ਸੀ ਹੋਰ ਕੀ ਖਾਧਾ ਸੀ ਅਤੇ ਮੈਂ ਖਾਧਾ ਨਹੀਂ ਅਜੇ ਕੁਛ ਅਤੇ ਬਸ ਥੱਕੇ ਬਹੁਤ ਪਏ ਹਾਂ। ਦੇਖਦੇ ਹਾਂ ਕਾਜਲ ਦੇ ਟੌਲੇ ਦੇਖੋ ਹੁਣ ਪੀਵਾਂਗੇ ਅਸੀਂ ਜੂਸ। ਅੱਜ ਨਾ ਅਸੀਂ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ ਜੂਸ ਪੀਏ ਸੀ ਕਿਉਂਕਿ ਅੱਜ ਚੱਲ ਰਿਹਾ ਸੀ ਸਾਡਾ ਕੰਪੀਟੀਸ਼ਨ ਜੂਸ ਕਾਹਦਾ ਪੀਣਾ ਦੱਸੀ ਕੀ ਇਹਦੀ ਨੇ ਹਰਿਆਣੇ ਚ ਗੰਡੇ ਕਾ ਇਹ ਗੰਨੇ ਦੇ ਜੂਸ ਨੂੰ ਗੰਡਾ ਕਹਿੰਦੇ ਆ ਗੰਡੇ ਕਾ ਜੂਸ ਕਹਿੰਦੇ ਆ ਨਹੀਂ ਹਰਿਆਣੇ ਚ ਗੰਡਾ ਹੀ ਹੁੰਦਾ ਹੈ। ਓਕੇ ਰੋਹਿਤ ਤੇਰੀਆਂ ਲੱਤਾਂ ਤਾਂ ਸਿੱਧੀਆਂ ਕਰਾਉਣੀਆਂ ਇਹ ਸਾਡੇ ਬੰਦੇ ਦੀਆਂ ਕਦੇ ਕਦੇ ਲੱਤਾਂ ਕੱਟੀਆਂ ਹੋ ਜਾਂਦੀਆਂ ਸਿੱਧੀਆਂ ਕਰਾਉਣੀਆਂ ਪੈਂਦੀਆਂ ਨੇ ਸੰਗ ਰਿਹਾ ਮੁੰਡਾ ਕੋਈ ਗੱਲ ਨਹੀਂ ਰੋਹਿਤ ਦੇਖੋ ਜੀ ਹੈਲੋ ਰੋਹਿਤ ਦੇਖੋ ਮਿਲਾਵਾਂਗੇ ਤੁਹਾਨੂੰ ਇੱਕ ਬੰਦੇ ਨਾਲ ਅਸੀਂ ਅੱਜ ਉਹਨੂੰ ਨਹੀਂ ਮਿਲਾਇਆ ਗਿਆ ਜ਼ਰੂਰ ਮਿਲਾਵਾਂਗੇ ਅਸੀਂ ਪੱਕਾ ਅੱਜ ਸਾਨੂੰ ਬਿਲਕੁਲ ਹੀ ਟਾਈਮ ਨਹੀਂ ਲੱਗਿਆ ਬਿਲਕੁਲ ਜੀ ਜਿਹੜੀ ਸਾਡੀ ਔਰ ਮੁਝੇ ਆ ਰਹੀ ਹੈ ਨੀਂਦ ਆ ਰਹੀ ਹੈ ਉਹਦਾ ਵੀ ਬੁਰਾ ਹਾਲ ਹੋ ਗਿਆ ਇਸ ਤੋਂ ਵਿਚਾਰੇ ਕਿਉਂਕਿ ਉਹਦੀ ਸ਼ਰਟ ਸੀ ਜਿਹੜੀ ਥੋੜ੍ਹੀ ਜਿਹੀ ਹੈਵੀ ਸੀ ਉਹ 'ਚ ਪਸੀਨਾ ਆ ਰਿਹਾ ਸੀ ਉਹਨੂੰ ਕੁਛ ਖਾਣ ਨੂੰ ਵੀ ਨਹੀਂ ਮਿਲਿਆ ਅੱਜ ਤਾਂ ਹੈ ਨਾ ਹੈਨਾ ਵੀਰੇ ਸਹੀ ਗੱਲ ਸਾਡਾ ਬੜੀ ਸਟਾ ਭੁੱਖਾ ਮਰ ਗਿਆ ਅੱਜ ਉਹਨੂੰ ਖਵਾਵਾਂਗੇ ਜਾਂਦੇ ਹੋਏ ਅਸੀਂ ਕੁਛ ਨਾਲੇ ਤੁਹਾਨੂੰ ਦਿਖਾਵਾਂਗੇ ਕਿਹਨੂੰ ਕਿੰਨਾ ਬੜੀ ਸਟਾ ਰਸਤੇ 'ਚ ਰੁਕ ਕੇ ਵਲੋਗ ਬਣਾਵਾਂਗੇ ਹਾਂ ਰੁਕ ਕੇ ਵਲੋਗ ਬਣਾਵਾਂਗੇ ਫਿਰ ਉਹਨੂੰ ਦਿਖਾਵਾਂਗੇ ਅਤੇ ਨਾਲੇ ਉਹਦੀ ਦਿਖਾਵਾਂਗੇ ਬੋਡੀ ਦੀ ਸ਼ੇਪ ਲਓ ਜੀ ਹੁਣ ਅਸੀਂ ਖੜ ਗਏ ਆ ਬਰਨਾਲੇ ਅਸੀਂ ਪੀ ਰਹੇ ਹਾਂ ਜੂਸ ਅਤੇ ਤੁਹਾਨੂੰ ਉਹ ਸ਼ਖਸੀਅਤ ਦਿਖਾਉਣਾ ਜਿਹਨੂੰ ਅਸੀਂ ਬਟਿਸਟੇ ਦਾ ਰੋਲ ਦਿੱਤਾ ਹੋਇਆ ਲਓ ਜੀ ਇਹ ਆ ਵੀਰਾ
ਬੁਡਿਸਟ ਆਏ ਸਾਡੇ ਨਾਲ ਆਉਂਦੇ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇੱਕ ਦੂਜਾ ਬੁਡਿਸਟ ਆਏ ਸੋ ਜੂਸ ਪੀਣ ਦੀ ਤਿਆਰੀ ਆ ਅਸੀਂ ਖੜੇ ਆ ਰੋਡ ਤੇ ਇਹ ਬੰਦੇ ਦੀਆਂ ਲੱਤਾਂ ਸਿੱਧੀਆਂ ਹੋ ਕੇ ਕਰਨ ਵਾਸਤੇ ਗੱਡੀ ਰੋਕੀ ਆ ਅਸੀਂ ਇਹ ਬੰਦੇ ਦੀਆਂ ਲੱਤਾਂ ਸਿੱਧੀਆਂ ਕਰਾਉਣੀਆਂ ਸੀ ਤਾਂ ਗੱਡੀ ਰੋਕ ਲਈ ਸੋ ਹੁਣ ਅਸੀਂ ਪੀ ਰਹੇ ਹਾਂ ਜੂਸ ਜੂਸ ਪੀ ਕੇ ਅਸੀਂ ਪਹੁੰਚਾਂਗੇ ਸੰਗਰੂਰ ਸੰਗਰੂਰ ਪਹੁੰਚ ਕੇ ਅਸੀਂ ਚੱਲਾਂਗੇ ਮਾਰਕੀਟ ਸੋ ਜੁੜੇ ਰਹੋ ਸਾਡੇ ਨਾਲ ਹਾਂਜੀ ਹਮ ਆ ਚੁੱਕੇ ਹਾਂ ਘਰ ਔਰ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਹੂੰ ਮੇਰੀ ਥੋੜ੍ਹੀ ਸੀ ਤਬੀਅਤ ਖਰਾਬ ਹੈ ਔਰ ਜ਼ਿਆਦਾ ਵਲੋਗ ਹਮ ਬਣਾ ਨਹੀਂ ਪਾਏ ਅੱਜ ਕਿਉਂਕਿ ਕੰਮ ਜ਼ਿਆਦਾ ਥਾ ਬਿਜ਼ੀ ਬਹੁਤ ਜ਼ਿਆਦਾ ਥੇ ਚਲੋ ਹੁਣ ਸੋਨੇ ਹਾਂ ਜੀ ਸਵੇਰੇ ਦੇਖਦੇ ਹਾਂ ਔਰ ਅੱਜ ਹੈ ਬੀਤ ਕਾ ਬਰਥਡੇ ਵੋ ਹਮ ਦੇਖਦੇ ਹਾਂ ਕੈਸੇ ਸੈਲੀਬ੍ਰੇਟ ਕਰਦੇ ਕੈਸੇ ਨਹੀਂ ਕਰਦੇ ਹੈ ਕੈਸੇ ਕਿਆ ਕਰਦੇ ਹੈ ਨੈਕਸਟ ਵਲੋਗ ਮੈਂ ਜ਼ਰੂਰ ਦਿਖਾਏਂਗੇ ਆਪਕੋ ਦੇਖਣ ਕੇ ਲੀਏ ਰੈਡੀ ਰਹੀਏ ਔਰ ਚੈਨਲ ਕੋ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਟਾਈਮ ਹੋ ਚੁੱਕਾ ਸਾਢੇ 10 ਸੋ ਰਹੇ ਹਾਂ ਬਾਏ